ਸਾਨੂੰ ਪਤਾ ਕਿ ਮਾਸਟਰਮਾਈਂਡ ਕੌਣ ਹੈਗਾ। ਸਾਡੇ ਤਾਂ ਕਾਫੀ ਫੋਕਸ ਜੇਲ੍ਹ ਸਟਾਫ ਤੇ ਵੀ ਰਹਿੰਦਾ, ਹੁਣ ਤਿਹਾੜ ਜੇਲ੍ਹ ਦੇ ਤਾਂ ਅਸੀਂ ਖੁਦ ਲੋਕਾਂ ਨੂੰ ਅਰੈਸਟ ਕੀਤਾ ਹੋਇਆ। ਮਿਸ ਕਿੱਥੇ ਕੀ ਹੋ ਗਿਆ ਜੀ, ਕਿਵੇਂ, ਵਾਟ ਆਰ ਯੂ ਰੈਫਰਿੰਗ ਟੂ? ਮਿਸ ਕਰਕੇ ਆ ਚਾਰੇ ਫੜੇ ਜਾਣੇ ਸੀਗੇ। ਧਾਲੀਵਾਲ ਸਾਹਿਬ, ਪੂਰਾ 1 ਮਹੀਨਾ ਹੋ ਗਿਆ ਹੈਗਾ ਅੱਜ ਸਿੱਧੂ ਮੂਸੇਵਾਲਾ ਦਾ ਜਿਹੜਾ ਮਰਡਰ ਹੋਇਆ ਸੀਗਾ, ਐਗਜੈਕਟਲੀ 1 ਮਹੀਨੇ ਬਾਅਦ ਆਪਾਂ ਗੱਲ ਕਰ ਰਹੇ ਹੈਗੇ। ਕਿੰਨੀਆਂ ਚੀਜ਼ਾਂ ਹੁਣ ਸਾਨੂੰ ਕਲੀਅਰ ਹੈਗੀਆਂ, ਕੀ ਇਹ ਪਿਕਚਰ ਕਲੀਅਰ ਹੋ ਗਈ ਹੈਗੀ ਹੈ ਜਾਂ ਹਲੇ ਵੀ ਕੁਝ ਸਵਾਲ ਨੇ ਜਿਨ੍ਹਾਂ ਦੇ ਜਵਾਬ ਬਾਕੀ? ਕਾਫੀ ਪਿਕਚਰ ਤਾਂ ਕਲੀਅਰ ਹੋ ਹੀ ਗਈ ਆ। ਸਾਨੂੰ ਪਤਾ ਕਿ ਮਾਸਟਰਮਾਈਂਡ ਕੌਣ ਹੈਗਾ, ਵਾਰਦਾਤ ਚ ਕੌਣ ਕੌਣ ਸ਼ਾਮਿਲ ਨੇ, ਸ਼ੂਟਿੰਗ ਚ ਕੌਣ ਕੌਣ ਸ਼ਾਮਿਲ ਆ, ਤੇ ਜਿਹੜੀਆਂ ਉੱਥੋਂ ਦੀਆਂ ਲੋਕਲ ਡਿਟੇਲਸ ਨੇ, ਕਿਹਨੇ ਰੈਕੀ ਕੀਤੀ ਤੇ ਕਿਹਨੇ ਕੀ ਲੋਜਿਸਟਿਕਸ ਪ੍ਰੋਵਾਈਡ ਕੀਤੇ, ਉਹ ਵੀ ਲੋਕਲ ਪੁਲਿਸ ਨੂੰ ਕਲੀਅਰ ਹੈਗਾ। ਤਾਂ ਮੈਂ ਕਹੂੰਗਾ ਕਿ ਮੇਜਰ ਪਾਰਟ ਆਫ ਸਾਰਾ ਤਾਂ ਕਲੀਅਰ ਹੀ ਹੈ। ਆਪਾਂ ਟਰਾਈ ਕਰ ਰਹੇ ਹੈਗੇ ਇਹਨੂੰ ਪੀਸ ਟੁਗੈਦਰ ਕਰਨ ਦਾ ਐਗਜੈਕਟਲੀ ਅ ਮੰਥ ਔਨ। ਕਿੰਨੇ ਬੰਦੇ ਇਨਵੋਲਵ ਸੀਗੇ ਇਸ ਮਰਡਰ ਦੇ ਵਿੱਚ, ਕਿੰਨੇ ਬੰਦੇ ਉਸ ਵੇਲੇ ਉੱਥੇ ਸੀਗੇ ਜਦੋਂ ਇਹ ਸ਼ੂਟਿੰਗ ਹੋਈ? ਸ਼ੂਟਿੰਗ ਦੇ ਵਿੱਚ ਤਾਂ ਦੇਖੋ ਹੁਣ ਤੱਕ ਅਸੀਂ ਜੋ ਸਟੈਬਲਿਸ਼ ਹੋ ਗਿਆ ਹੈਗਾ ਕਿ 6 ਸ਼ੂਟਰ ਇਨਵੋਲਵ ਸੀਗੇ ਤੇ 4 ਬੁਲੈਰੋ ਸੀਗੇ, 2 ਕਰੋਲਾ ਸੀਗੇ। ਤੇ ਬੁਲੈਰੋ ਵਾਲੇ ਜਿਹੜੇ ਸ਼ੂਟਿੰਗ ਮੋਡਿਊਲ ਦਾ ਹੈੱਡ ਸੀਗਾ ਉਹਨੂੰ ਅਸੀਂ ਅਰੈਸਟ ਆਲਰੇਡੀ ਕਰ ਲਿਆ ਹੈਗਾ, ਪ੍ਰਿਯਵਰਤ ਫੌਜੀ ਸੀਗਾ ਜਿਹੜਾ ਬੁਲੈਰੋ ਚਲਾ ਰਿਹਾ ਸੀਗਾ, ਕਸ਼ਿਸ਼ ਇਲੀਅਸ ਕੁਲਦੀਪ ਉਹ ਵੀ ਅਰੈਸਟ ਹੋ ਗਿਆ, ਤੇ ਜਿਹੜੇ ਉਹਨਾਂ ਦੇ ਨਾਲ 2 ਜਣੇ ਸੀ ਅੰਕਿਤ ਸਿਰਸਾ ਤੇ ਦੀਪਕ ਮੁੰਡੇ, ਉਹ ਉਹਨਾਂ ਪਿੱਛੇ ਵੀ ਸਾਡੀਆਂ ਟੀਮਾਂ ਲੱਗੀਆਂ ਸੀ ਜਦੋਂ ਇਹ ਪ੍ਰਿਯਵਰਤ ਤੇ ਇਹਨੂੰ ਅਰੈਸਟ ਕੀਤਾ। ਉਹ ਜਗ੍ਹਾ ਤੇ ਇਹ ਵੀ ਸੀਗੇ 2-3 ਦਿਨ ਪਹਿਲਾਂ, ਪਰ ਇਹ ਨਿਕਲ ਗਏ ਸੀ ਉੱਥੋਂ, ਸੋ ਇਹ ਬਚ ਗਏ। ਇਹ ਵੀ ਜਲਦੀ ਸਾਡਾ ਕੋਸ਼ਿਸ਼ ਆ ਕਿ ਇਹਨਾਂ ਨੂੰ ਵੀ ਅਰੈਸਟ ਕੀਤਾ ਜਾਵੇ ਜਾਂ ਜੋ ਵੀ ਇਹਨਾਂ ਦਾ ਐਕਸ਼ਨ ਬਣਦਾ। ਫਾਇਰਿੰਗ ਤੋਂ ਬਾਅਦ ਇਹਨਾਂ ਨੂੰ ਪਤਾ ਸੀ ਕਿ ਬਹੁਤ ਜ਼ਿਆਦੇ ਇਹ ਗੱਲ ਇੱਕਦਮ ਸਾਰੇ ਕਿਤੇ ਫੈਲ ਜੂਗੀ, ਇਹਨਾਂ ਨੂੰ ਸੀ ਵੀ ਅਸੀਂ ਨਿਕਲਾਂਗੇ ਕਿੱਦਾਂ। ਉਹ ਇਹਨਾਂ ਨੇ ਸਾਰੀ ਮਦਦ ਜਿਹੜੀ ਸੀ ਕੇਸ਼ਵ ਦੀ ਲਈ, ਕੇਸ਼ਵ ਨੂੰ ਏਰੀਏ ਦਾ ਪਤਾ ਸੀ, ਉਹ ਮਾਨਸਾ ਏਰੀਏ ਦਾ ਸੀਗਾ। ਟੋਟਲ ਕਿੰਨੇ ਲੋਕ ਕਨਸਪੀਰੇਸੀ ਤੇ ਇਸ ਕੇਸ ਦੇ ਵਿੱਚ ਸ਼ਾਮਲ ਲੱਗਦੇ ਨੇ? ਸੋ ਮੇਨ ਕਨਸਪੀਰੇਟਰ ਦਾ ਤਾਂ ਖੁਲਾਸਾ ਹੋ ਹੀ ਗਿਆ ਤੇ ਉਹਨੂੰ ਅਰੈਸਟ ਵੀ ਕੀਤਾ, ਪਹਿਲਾਂ ਵੀ ਮਕੋਕਾ ਕੇਸ 'ਚ ਅਰੈਸਟਡ ਆ, ਉਹਨੇ ਆਪਣਾ ਕਬੂਲ ਕਰ ਹੀ ਲਿਆ ਸੀ ਕਿ ਉਹਨੇ ਕਰਵਾਇਆ ਹੈਗਾ। ਤੁਸੀਂ ਜਿਹੜੇ ਉਹਦੇ ਨਾਲ ਦੇ ਸਾਥੀ ਸੀ, ਲਾਰੈਂਸ ਬਿਸ਼ਨੋਈ ਦੀ ਗੱਲ ਕਰ ਰਹੇ ਹਾਂ ਹਾਂਜੀ, ਤੇ ਜਿਹੜੇ ਉਹਦੇ ਸਾਥੀ ਸੀ ਮੇਨ ਗੋਲਡੀ ਬਰਾੜ ਦਾ ਰੋਲ ਤੁਹਾਨੂੰ ਅਸੀਂ ਦੱਸ ਹੀ ਚੁੱਕੇ ਹਾਂ, ਤੇ ਜਿਹੜਾ ਇਹਨਾਂ ਦਾ ਇੱਕ ਸਚਿਨ ਥਾਪਨ ਸੀ ਉਹਨੇ ਕਾਲ ਕਰੀ ਸੀਗੀ, ਉਹ ਵੀ ਇਹਨਾਂ ਨਾਲ ਇਨਵੋਲਵ ਸੀਗਾ, ਤੇ ਬਾਕੀ ਲਾਰੈਂਸ ਦੇ ਭਰਾ ਦਾ ਵੀ ਜ਼ਿਕਰ ਆਇਆ ਹੈਗਾ। ਸੋ ਉਹ ਚੀਜ਼ਾਂ ਆਲਰੇਡੀ ਸ਼ੇਅਰ ਕੀਤੀਆਂ ਗਈਆਂ ਨੇ। ਗੋਲਡੀ ਬਰਾੜ ਦੇ ਬਾਰੇ ਰੈੱਡ ਕਾਰਨਰ ਨੋਟਿਸ ਵੀ ਇਸ਼ੂ ਕੀਤਾ ਗਿਆ, ਹੁਣ ਕੀ ਪ੍ਰੋਸੈਸ ਹੈ, ਕਿੰਨੀ ਦੂਰ ਹੈਗੇ ਆ ਪੁਲਿਸ ਉਹਨੂੰ ਉਹਨੂੰ ਫੜਨ ਲਈ, ਕਿੰਨੇ ਕਿੰਨਾ ਕੀ ਹੋਰ ਸਟੈਪਸ ਹੈਗੇ ਨੇ? ਉਹਦਾ ਰੈੱਡ ਕਾਰਨਰ ਨੋਟਿਸ ਤਾਂ ਦੇਖੋ ਪੰਜਾਬ ਪੁਲਿਸ ਨੇ ਕੀਤਾ ਹੈਗਾ ਮੂਵ, ਸੋ ਉਹਦੀ ਕੀ ਪ੍ਰੋਗਰੈਸ ਆ ਉਹਦੇ ਬਾਰੇ ਤਾਂ ਪੰਜਾਬ ਪੁਲਿਸ ਹੀ ਦੱਸ ਪਾਊਗੀ। ਸਾਡਾ ਤਾਂ ਹੁਣ ਮੇਨ ਫੋਕਸ ਹੈਗਾ ਅਜੇ ਵੀ ਜਿਹੜਾ ਹੈਗਾ, ਕਿਉਂਕਿ ਸਾਡੀਆਂ ਕਈ ਸਾਰੀਆਂ ਟੀਮਸ ਕੰਮ ਕਰ ਰਹੀਆਂ ਸੀ, ਸੋ 2-3 ਸ਼ੂਟਰਸ ਤੇ ਉਹ ਕੰਮ ਕਰ ਰਹੇ ਨੇ। ਉਹ ਸਾਡਾ ਹੁਣ ਸਾਰਾ ਟਾਈਮ, ਕਿਉਂਕਿ ਹੋਰ ਵੀ ਕਾਫੀ ਇੱਥੇ ਰਾਜਧਾਨੀ 'ਚ ਤਾਂ ਕਾਫੀ ਚੀਜ਼ਾਂ ਚੱਲਦੀਆਂ ਰਹਿੰਦੀਆਂ, ਸੋ ਉੱਧਰ ਵੀ ਲੱਗੇ ਹੋਈਆਂ ਨੇ। ਸੋ ਪਰ ਅਜੇ 2-3 ਟੀਮ ਸਾਡੀਆਂ ਹੈਗੀਆਂ ਨੇ, ਉਹਨਾਂ ਨੇ ਕਾਫੀ ਗਰਾਊਂਡ ਵਰਕ ਕੀਤਾ ਹੈਗਾ, ਸੋ 1-2 ਜਗ੍ਹਾ ਮਿਸ ਵੀ ਕਰ ਗਏ ਉਹ, ਸੋ ਦੇਖਦੇ ਹਾਂ ਹੁਣ ਕਿਹਨੂੰ ਕਦੋਂ ਸਫਲਤਾ ਮਿਲਦੀ ਹੈ। ਮਿਸ ਕਿੱਥੇ ਕੀ ਹੋ ਗਿਆ ਜੀ, ਕਿਵੇਂ, ਵਾਟ ਆਰ ਯੂ ਰੈਫਰਿੰਗ ਟੂ? ਮਿਸ ਕਰਕੇ ਆ ਚਾਰੇ ਫੜੇ ਜਾਣੇ ਸੀਗੇ 2-3 ਦਿਨ, ਜੇ ਪਹਿਲਾਂ ਉਸ ਜਗ੍ਹਾ ਤੇ ਰੇਡ ਹੁੰਦਾ ਇਹ ਚਾਰੇ ਸ਼ੂਟਰ ਇਕੱਠੇ ਸੀਗੇ ਜਿੱਥੋਂ ਇਹਨਾਂ ਨੂੰ ਕੱਛ ਏਰੀਏ ਚੋਂ ਫੜਿਆ ਪ੍ਰਿਯਵਰਤ ਫੌਜੀ ਤੇ ਕਸ਼ਿਸ਼ ਕੁਲਦੀਪ ਨੂੰ, ਤੇ ਜੇ 2-3 ਦਿਨ ਪਹਿਲਾਂ ਇਨਫੋਰਮੇਸ਼ਨ ਹੋਰ ਡਿਵੈਲਪ ਹੋ ਜਾਂਦੀ, ਟਾਈਮਲੀ ਮੂਵ ਕਰ ਜਾਂਦੇ,
ਤਾਂ ਇਹ ਅੰਕਿਤ ਸਿਰਸਾ ਤੇ ਦੀਪਕ ਮੁੰਡੀ ਵੀ ਇਹਨਾਂ ਦੇ ਨਾਲ ਹੀ ਸੀਗੇ, ਇਹ ਉੱਥੋਂ ਨਿਕਲ ਗਏ। ਸੋ ਇਹ ਉਦੋਂ ਤਾਂ ਅਜੇ ਹੁਣੇ ਅੱਗੇ ਅੱਗੇ ਦੇਖਦੇ ਆ ਇਹ ਕਿਹੜੇ ਪਾਸੇ ਗਏ। ਦੋ ਤਾਂ ਇਹ ਹੋ ਗਏ ਜੀ ਸ਼ੂਟਰ ਜਿਨ੍ਹਾਂ ਦੀ ਤੁਸੀਂ ਤਲਾਸ਼ ਕਰ ਰਹੇ ਹੋ, ਜਿਨ੍ਹਾਂ ਦੇ ਟ੍ਰੇਲ ਤੇ ਤੁਸੀਂ ਹੈਗੇ, ਹੋਰ ਕੌਣ ਹੈ ਜਿਨ੍ਹਾਂ ਨੂੰ ਤੁਸੀਂ ਫੜਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਆਇਡੈਂਟੀਫਾਈ ਹੋ ਚੁੱਕੇ? ਨਹੀਂ, ਬਹੁਤ ਜਗਰੂਪ ਰੂਪਾ ਤੇ ਮਨਪ੍ਰੀਤ ਮਾਣੂ ਵੀ ਨੇ, ਉਹਨਾਂ ਤੇ ਵੀ ਸਾਡੀਆਂ ਟੀਮਾਂ ਨੇ ਥੋੜਾ ਬਹੁਤ ਗਰਾਊਂਡ ਵਰਕ ਕੀਤਾ ਹੈਗਾ, ਬਟ ਕਿਉਂਕਿ ਏਰੀਆ ਅਲੱਗ ਹੈਗਾ, ਇਹ ਥੋੜਾ ਜਿਹਾ ਚੈਲੰਜ ਜ਼ਿਆਦਾ ਹੋਏ ਤਾਂ, ਬਟ ਲੱਗੇ ਹੋਏ ਨੇ। ਦੇਖੋ ਹੁਣ ਬਹੁਤ ਜ਼ਿਆਦਾ ਅਸੀਂ ਤੁਹਾਨੂੰ ਨਹੀਂ ਕਮੈਂਟ ਕਰ ਸਕਦੇ। ਕੀ ਇਸ ਕੇਸ ਦੇ ਵਿੱਚ ਮੋਟਿਵ ਕਲੀਅਰ ਹੈ, ਕਾਰਨ ਕੀ ਸੀਗਾ ਸਿੱਧੂ ਮੂਸੇਵਾਲਾ ਦਾ ਮਰਡਰ ਕਰਨ? ਨਹੀਂ, ਕਾਰਨ ਤਾਂ ਹੁਣ ਦੇਖੋ ਬਹੁਤ ਜ਼ਿਆਦਾ ਡਿਟੇਲ 'ਚ ਤਾਂ ਨਹੀਂ ਗਾ, ਬਟ ਇੱਕ ਚੀਜ਼ ਜਿਹੜੀ ਅਸੀਂ ਆਲਰੇਡੀ ਸ਼ੇਅਰ ਕੀਤੀ ਆ ਜਾਂ ਆਈ ਆ, ਉਹ ਇਹ ਹੈਗੀ ਆ ਕਿ ਵਿੱਕੀ ਮਿੱਡੂ ਖੇੜਾ ਦਾ ਜਿਹੜਾ ਇੱਕ ਮਰਡਰ ਸੀਗਾ, ਉਹ ਇੱਕ ਟ੍ਰਿਗਰ ਪੁਆਇੰਟ ਸੀਗਾ। ਕੋਸ਼ਿਸ਼ ਤਾਂ ਇਹ ਪਹਿਲਾਂ ਤੋਂ ਹੀ ਕਾਫੀ ਲੱਗੇ ਹੋਏ ਸੀਗੇ, ਜੋ ਵੀ ਇਹਨਾਂ ਦੇ ਕਾਰਨ ਰਹੇ ਹੋਣੇ ਆ, ਮਿਸਅੰਡਰਸਟੈਂਡਿੰਗ ਰਹੀ ਹੋਣੀ ਆ, ਉਹਦੇ ਤੋਂ ਬਾਅਦ ਇਹਨਾਂ ਨੇ ਹੋਰ ਜ਼ਿਆਦਾ ਡੈਸਪਰੇਟ ਐਫਰਟ ਕਰਨੇ ਸ਼ੁਰੂ ਕਰਤੇ। ਤੇ ਵਿੱਕੀ ਮਿੱਡੂ ਖੇੜਾ 'ਚ ਅਸੀਂ ਪਹਿਲਾਂ ਵੀ ਦੱਸਿਆ ਕਿ ਸ਼ਗਨਪ੍ਰੀਤ ਦਾ ਰੋਲ ਤਾਂ ਕਾਫੀ ਕਲੀਅਰਲੀ ਆਇਆ ਹੈਗਾ, ਤੇ ਸ਼ਗਨਪ੍ਰੀਤ ਦੇ ਰੋਲ ਕਰਕੇ ਇਹਨਾਂ ਨੂੰ ਕਾਫੀ ਸਾਰੀਆਂ ਮਿਸਅੰਡਰਸਟੈਂਡਿੰਗ ਸੀਗੀਆਂ। ਜਿਵੇਂ ਆਪਾਂ ਕਹਿ ਰਹੇ ਕਿ ਮਿਸਟਰੀ ਰਹੀ ਹੈ ਇਸ ਕੇਸ ਨੂੰ ਲੈ ਕੇ, ਕਾਫੀ ਇੱਕ ਮਿਸਟਰੀ ਵੈਪਨਸ ਨੂੰ ਲੈ ਕੇ ਵੀ ਰਹੀ ਹੈ, ਕੀ ਆਪਾਂ ਹੁਣ ਇਹ ਕਲੀਅਰ ਹੈਗੇ ਕਿ ਵੈਪਨਸ ਕਿਹੜੇ ਕਿਹੜੇ ਇਸਤੇਮਾਲ ਕੀਤੇ ਗਏ ਇਹਦੇ ਵਿੱਚ? ਇਹ ਸੁਣਨ ਚਾਹ ਰਿਹਾ ਸੀਗਾ ਕਿ ਬੜੇ ਸੋਫਿਸਟੀਕੇਟਿਡ ਵੈਪਨ ਇਸਤੇਮਾਲ ਕੀਤੇ ਗਏ। ਹੁਣ ਇਹਨਾਂ ਦੀ ਜੋ ਦੇਖੋ ਇੰਟਰੋਗੇਸ਼ਨ ਚੋਂ ਆਇਆ, ਜਿਹੜੇ ਲੋਕਾਂ ਨੇ ਆਪ ਗੋਲੀਆਂ ਚਲਾਈਆਂ, ਇਹਨਾਂ ਦੇ ਕਹਿਣ ਦੇ ਹਿਸਾਬ ਨਾਲ ਤਾਂ ਕਿ ਇਹਨਾਂ ਨੂੰ ਇੱਕ ਬੈਗ ਮਿਲਿਆ ਸੀ ਪ੍ਰਿਆਵਰਤ ਫੌਜੀ ਨੂੰ 2 ਹਫ਼ਤੇ ਪਹਿਲਾਂ, ਤੇ ਫਤਿਹਾਬਾਦ ਇੱਕ ਚੌਂਕ ਤੇ ਇੱਕ ਬੰਦਾ ਇਹਨੂੰ ਮਿਲਿਆ, ਗੋਲਡੀ ਬਰਾੜ ਨੇ ਇਹਨੂੰ ਵੀ ਕਿਹਾ, ਤੇ ਜਿੰਨਾ ਕਿ ਇਹਨੂੰ ਪਤਾ ਗੋਲਡੀ ਬਰਾੜ ਦੇ ਰਾਹੀਂ ਉਹ ਬੰਦਾ ਦੂਜਾ ਵੀ ਆਇਆ, ਤੇ ਇਹਨੂੰ ਤਾਂ ਇਹ ਹਦਾਇਤ ਸੀ ਵੀ ਤੂੰ ਬੈਗ ਲੈ ਲੈਣਾ ਤੇ ਪੁੱਛਣਾ ਨਹੀਂ ਹੈਗਾ ਕੌਣ ਆ, ਤੇ ਇਹ ਉਸ ਜਗ੍ਹਾ ਤੇ ਗਿਆ, ਇਹਨੇ ਉਹ ਬੈਗ ਲੈ ਲਿਆ। ਇਹਨੂੰ ਪਤਾ ਸੀ ਉਹ ਚਸਲਾ ਹੋਏਗਾ, ਪਰ ਇਹਨੂੰ ਵੀ ਅਸਲੇ ਦੀ ਬ੍ਰੇਕਅਪ ਤਾਂ ਨਹੀਂ ਪਤਾ ਸੀ ਵੀ ਐਗਜੈਕਟ ਕੀ ਹੋਏਗਾ। ਜਦੋਂ ਇਹਨੇ ਬਾਅਦ ਚੋਂ ਬੈਗ ਦੇਖਿਆ ਤਾਂ ਉਹਦੇ 'ਚ ਇਹਨੇ ਦੇਖਿਆ ਇੱਕ ਖਾਸੇ ਪਿਸਟਲ ਨੇ, ਤੇ AK-47 ਆ, 315 ਬੋਰ ਸੀਗੀ, ਤੇ ਅੰਡਰ ਬੈਰਲ ਗ੍ਰੇਨੇਡ ਲਾਂਚਰ ਸੀਗੇ, ਤੇ ਇੱਕ 8 ਗ੍ਰੇਨੇਡ ਸੀਗੇ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਇਹਨੇ ਦੇਖੀਆਂ ਤਾਂ ਇਹਨੇ ਸਾਰਾ ਕੁਛ ਇਹ ਲੈ ਕੇ ਗਏ ਆ ਉਸ ਏਰੀਏ 'ਚ, ਤੇ ਜਿਹੜੀ ਉਹ AK-47 ਇਹਦੇ ਹਿਸਾਬ ਨਾਲ AK-47 ਸੀ, ਹੁਣ ਉਹ ਤਾਂ ਬੈਲਿਸਟਿਕ ਹੀ ਕਨਫਰਮ ਕਰ ਸਕਦੀ ਆ। AK-47 ਉਹ ਜਿਹੜਾ ਮਨਪ੍ਰੀਤ ਮਾਨੂ ਜਾਂ ਮਾਣੂ ਸੀਗਾ, ਉਹਨੇ ਆਪਣਾ ਲੈ ਲਈ, ਉਹਨੂੰ ਇੰਸਟਰਕਸ਼ਨ ਸੀਗੀ ਕਿ AK-47 ਉਹ ਚਲਾਊਗਾ, ਉਹ ਕਰੋਲਾ 'ਚ ਇਹਨਾਂ ਤੋਂ ਮੂਹਰੇ ਸੀਗਾ, ਉਹਨਾਂ ਨੇ ਗੱਡੀ ਨੂੰ ਓਵਰਟੇਕ ਕੀਤਾ ਸਿੱਧੂ ਮੂਸੇਵਾਲਾ ਦੀ ਥਾਰ ਨੂੰ, ਤੇ ਜਦੋਂ ਥਾਰ ਨੂੰ ਕੀਤਾ ਤਾਂ ਉਹਨੇ ਪਹਿਲੀ ਫਾਇਰਿੰਗ ਉਹਨੇ ਕਰੀ AK-47 ਤੋਂ। ਸੋ ਇਹ ਵੈਪਨ ਹੁਣ ਜੇ ਅੰਦਾਜ਼ਾ ਮਤਲਬ ਮੋਟਾ ਮੋਟੀ ਲੱਗ ਹੀ ਗਿਆ ਹੈਗਾ ਕਿ ਮਲਟੀਪਲ ਪਿਸਟਲ ਸੀਗੇ ਜਿਹੜੇ ਵਾਰਦਾਤ 'ਚ ਯੂਜ਼ ਹੋਏ ਨੇ, ਉਹ ਤਾਂ ਸਾਰਿਆਂ ਨੇ ਪਿਸਟਲ ਚਲਾਏ ਨੇ, ਜਿਹੜਾ ਮਨਪ੍ਰੀਤ ਮਾਣੂ ਉਹਨੇ AK-47 ਫਾਇਰ ਕੀਤੀ ਹੈ। ਪਿਸਟਲ ਕੋਈ ਖਾਸ ਪਿਸਟਲ ਸੀਗੇ ਜਾਂ ਜਿਹੜੇ ਆਮ ਤੌਰ ਤੇ ਇਸਤੇਮਾਲ ਕੀਤੇ ਜਾਂਦੇ? ਇੰਪੋਰਟਡ ਨਹੀਂ, ਆਮ ਤੌਰ ਵਾਲੇ ਤਾਂ ਨਹੀਂ, ਚੰਗੇ ਸੋਫਿਸਟੀਕੇਟਡ ਪਿਸਟਲ ਸੀਗੇ, ਇੰਪੋਰਟਡ ਪਿਸਟਲ ਸੀਗੇ। ਹਰ ਵਿਅਕਤੀ ਹਰ ਕੋਈ ਇਸ ਗੱਲ ਤੋਂ ਹੈਰਾਨ ਹੈ ਕਿ ਲਾਰੈਂਸ ਬਿਸ਼ਨੋਈ ਇੰਨੇ ਸਾਲਾਂ ਤੋਂ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਕਿਸ ਤਰੀਕੇ ਦੇ ਨਾਲ ਇਹ ਪਲੈਨਿੰਗ ਵੀ ਕਰਦਾ ਹੈ, ਐਗਜ਼ੀਕਿਊਟ ਵੀ ਕਰ ਰਿਹਾ ਹੈ ਇਸ ਤਰੀਕੇ ਦੀਆਂ ਸ਼ੂਟਿੰਗਸ। ਜੇਲ੍ਹ ਇੱਕ ਸੈਪਰੇਟ ਡਿਪਾਰਟਮੈਂਟ ਹੈਗਾ, ਜੇਲ੍ਹ ਤੇ ਪੁਲਿਸ ਦਾ ਕੋਈ ਵੀ ਕੰਟਰੋਲ ਨਹੀਂ ਹੈਗਾ। ਸਾਡੀ ਟੀਮ ਨੇ ਵੀ ਜੇ ਕਿਸੇ ਨੂੰ ਉੱਥੇ ਕੁਐਸਚਨ ਕਰਨ ਵੀ ਜਾਣਾ, ਪਹਿਲਾਂ ਪਰਮਿਸ਼ਨ ਲੈਣੀ ਪੈਂਦੀ, ਕੋਰਟ ਦੀ ਇਜਾਜ਼ਤ ਲੈਣੀ ਪੈਂਦੀ ਆ, ਜੇਲ੍ਹ ਵਾਲਿਆਂ ਦੀ ਪਰਮਿਸ਼ਨ ਲੈਣੀ ਪੈਂਦੀ ਆ,
ਜੇ ਕਿਸੇ ਦਾ ਕੋਈ ਐਵੀਡੈਂਸ ਆਉਂਦਾ ਬਾਹਰ, ਕੋਈ ਲੱਗਦਾ ਕਿ ਉਹਦੇ ਸਾਥੀ ਨੇ ਉਹਦੇ ਨਾਲ ਮਿਲ ਕੇ ਕਰਾਇਆ ਸੀ, ਉਹਨੂੰ ਫਿਰ ਪੁਲਿਸ ਕਸਟਡੀ ਰਿਮਾਂਡ ਤੇ ਵੀ ਲੈ ਕੇ ਆਉਂਦੇ ਆ। ਸਾਡੇ ਤਾਂ ਕਾਫੀ ਫੋਕਸ ਜੇਲ੍ਹ ਸਟਾਫ ਤੇ ਵੀ ਰਹਿੰਦਾ, ਹੁਣ ਤਿਹਾੜ ਜੇਲ੍ਹ ਦੇ ਤਾਂ ਅਸੀਂ ਖੁਦ ਲੋਕਾਂ ਨੂੰ ਅਰੈਸਟ ਕੀਤਾ ਹੋਇਆ, ਇਸੇ ਗਰਾਊਂਡ ਤੇ ਕੀਤਾ ਕਿ ਉਹਨੇ ਮੋਬਾਈਲ ਅੰਦਰ ਗਿਆ ਜਾਂ ਕੋਈ ਏਦਾਂ ਦੀ ਗੱਲ ਹੋਈ ਜਿਹਦੇ 'ਚ ਲੱਗਿਆ ਕਿ ਜੇਲ੍ਹ ਸਟਾਫ ਦੀ ਕੋਈ ਸ਼ਮੂਲੀਅਤ ਹੈਗੀ ਆ, ਅਸੀਂ ਤਾਂ ਉਹਨਾਂ ਨੂੰ ਵੀ ਅਰੈਸਟ ਕੀਤਾ ਹੋਇਆ। ਜਿਵੇਂ ਕਿਉਂਕਿ ਥੋੜੇ ਦਿਨ ਪਹਿਲਾਂ ਪੰਜਾਬ ADGP ਗੈਂਗਸਟਰ ਜਿਹੜੇ ਹੈਗੇ ਨੇ ਉਹਨਾਂ ਨੇ ਵੀ ਇਹ ਕਿਹਾ ਸੀਗਾ ਕਿ ਤਿਹਾੜ ਜੇਲ੍ਹ ਤੋਂ ਵੀ ਫੋਨ ਯੂਜ਼ ਕਰ ਰਿਹਾ ਸੀਗਾ ਲਾਰੈਂਸ ਬਿਸ਼ਨੋਈ, ਉਹਨੇ ਇਹ ਬਿਆਨ ਦਿੱਤਾ ਹੈਗਾ ਵਾਇਲ ਐਡਮਿਟਿੰਗ ਕਿ ਉਹਨਾਂ ਨੇ ਹੀ ਇਹ ਮਦਦ। ਨਹੀਂ ਉਹ ਤਾਂ ਹੁਣ ਇਹਨਾਂ ਦੇ ਸਾਥੀ, ਹੁਣ ਇਹਨਾਂ ਦੀ ਇੰਨੀ ਇੰਟਰੋਗੇਸ਼ਨ ਇੱਥੇ ਅਸੀਂ ਕਰਦੇ ਹਾਂ, ਇਹਨਾਂ ਦੇ ਕੋਈ ਸਾਥੀ ਫਰੀਦਕੋਟ ਜੇਲ੍ਹ ਆ, ਉਹ ਵੀ ਫੋਨ ਯੂਜ਼ ਹੋ ਰਿਹਾ ਸੀ, ਕਪੂਰਥਲੇ ਵੀ ਹੋ ਰਿਹਾ ਸੀ ਤੇ ਬਠਿੰਡੇ ਵੀ ਹੋ ਰਿਹਾ ਸੀ। ਸੋ ਇਹ ਤਾਂ ਮਤਲਬ ਹੁਣ ਇੰਨੀਆਂ ਜੇਲ੍ਹਾਂ 'ਚ, ਉੱਧਰ ਰਾਜਸਥਾਨ 'ਚ ਵੀ ਇੱਕ ਦੋ ਜੇਲ੍ਹਾਂ ਦਾ ਜ਼ਿਕਰ ਆਇਆ, ਹਰਿਆਣੇ ਦੀਆਂ ਜੇਲ੍ਹਾਂ 'ਚ ਵੀ ਜ਼ਿਕਰ ਆਇਆ। ਸੋ ਇਹ ਤਾਂ ਆਈ ਐਮ ਸ਼ੋਰ ਉੱਥੇ ਬੜੇ ਅੱਛੇ ਲੋਕ ਵੀ ਨੇ ਜਿਹੜੇ ਜੇਲ੍ਹਾਂ 'ਚ ਅੱਛਾ ਕੰਮ ਕਰ ਰਹੇ ਨੇ, ਸਟਾਫ ਦੇ ਲੋਕ ਨੇ। ਬਟ ਹੁਣ ਜੇ ਕਿਸੇ ਕ੍ਰਿਮੀਨਲ ਦਾ ਕੋਈ ਸਟੈਬਲਿਸ਼ ਹੋਇਆ ਵੀ ਉਹਦੇ ਕੋਲ ਫੋਨ ਗਿਆ, ਤਾਂ ਇਹ ਤਫਤੀਸ਼ ਹੋਣੀ ਚਾਹੀਦੀ ਹੈ, ਉਹਦੇ ਕੋਲ ਗਿਆ ਕਿੱਦਾਂ, ਕਿਹਨੇ ਉਹਦੀ ਮਦਦ ਕਰੀ। ਜੇ ਕਿਸੇ ਦਾ ਆਉਂਦਾ ਤਾਂ ਉਹਦੇ ਖਿਲਾਫ ਬਿਲਕੁਲ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਕਿ ਅੱਗੇ ਤੋਂ ਲੋਕਾਂ ਨੂੰ ਕੰਨ ਹੋਣ ਇਹੋ ਜਿਹੀ ਚੀਜ਼ ਨਾ ਹੋਵੇ। ਤਾਲੀਬਾਨ ਦਾ ਵੀ ਪਰਸੈਪਸ਼ਨ ਜਾ ਰਿਹਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਪੁਲਿਸ ਨੇ ਪਹਿਲਾਂ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਲਿਆ, ਫਿਰ ਉਸ ਤੋਂ ਬਾਅਦ ਸ਼ੂਟਰ ਅਰੈਸਟ ਕੀਤੇ, ਇੱਕ ਇੰਪ੍ਰੈਸ਼ਨ ਇਹ ਵੀ ਗਿਆ ਹੈ ਕਿ ਜਿਹੜੀ ਦਿੱਲੀ ਪੁਲਿਸ ਹੈ ਉਹ ਪੰਜਾਬ ਪੁਲਿਸ ਨੂੰ ਆਊਟਡੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਆਫੀਸ਼ੀਅਲੀ ਇਹ ਜ਼ਰੂਰ ਕਿਹਾ ਜਾਂਦਾ ਹੈ ਕਿ ਦਿੱਲੀ ਪੰਜਾਬ ਪੁਲਿਸ ਅਤੇ ਹਰਿਆਣਾ ਪੁਲਿਸ ਕੋਆਰਡੀਨੇਸ਼ਨ ਅਤੇ ਕੋਆਪਰੇਟ ਕਰ ਰਹੇ ਨੇ ਆਪਸ ਦੇ ਵਿੱਚ, ਇਹਨੂੰ ਤੁਸੀਂ ਕਿਵੇਂ ਦੇਖ? ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਅਰਵਿੰਦ, ਅਸੀਂ ਮਤਲਬ ਇਹ ਤਾਂ ਹੁਣ ਐਡਾ ਵੱਡਾ ਕੇਸ ਹੈਗਾ, ਇਹਦੇ 'ਚ ਬਹੁਤ ਸਾਰੀਆਂ ਫੋਰਸਿਸ ਆ, ਹਰਿਆਣਾ ਪੁਲਿਸ ਵੀ ਲੱਗੀ ਹੋਈ ਸੀ, ਉਹਨਾਂ ਨੂੰ ਵੀ ਸੀ ਕਿ ਫੜੀਏ, ਪੰਜਾਬ ਪੁਲਿਸ ਦਾ ਤਾਂ ਖੈਰ ਕੇਸ ਹੈਗਾ ਹੀ ਆ, ਤੇ ਦਿੱਲੀ ਪੁਲਿਸ ਸਪੈਸ਼ਲ ਸੈੱਲ ਆਲਰੇਡੀ ਇਹ ਚੀਜ਼ਾਂ ਤੇ ਕੰਮ ਕਰਦੇ ਹੀ ਆਏ ਹਾਂ ਅਸੀਂ। ਮਹਾਰਾਸ਼ਟਰ ਪੁਲਿਸ ਨੂੰ ਵੀ ਥੋੜਾ ਜਿਹਾ ਲੱਗ ਰਿਹਾ ਸੀ ਕਿ ਕੋਈ ਕਨੈਕਸ਼ਨ ਮਿਲ ਕੇ, ਜਿਹੜੇ ਦੋ ਜਣੇ ਜਿਹੜਾ ਮੈਂ ਪਹਿਲਾਂ ਵੀ ਸ਼ੇਅਰ ਕੀਤਾ ਬਈ ਨੋਟ ਸੀ ਜਿਹਦੇ ਚੋਂ ਦੋ ਜਣੇ ਮਹਾਰਾਸ਼ਟਰ ਮੋਡਿਊਲ ਦੇ ਲੱਗਦੇ ਸੀ ਕਿ ਲਿੰਕ ਹੋ ਸਕਦੇ ਆ, ਉਹਨਾਂ ਨੇ ਅਰੈਸਟ ਕਰ ਲਏ। ਉਹਨਾਂ ਨੂੰ ਪਹਿਲਾਂ ਲੱਗਿਆ ਕਿ ਇਹ ਸ਼ੂਟਰ ਨੇ, ਇੱਕ ਉਹਨਾਂ ਚੋਂ ਇੱਕ ਮਕੋਕਾ ਕੇਸ ਦਾ ਵਾਰੰਟ ਪੈਂਡਿੰਗ ਸੀ, ਉਹਦੇ ਘਰੇ ਜਿਹੜੀ ਚਿੱਠੀ ਮਿਲੀ ਉਹਦਾ ਵੀ ਕੁਛ ਲਿੰਕ ਮਿਲ ਗਿਆ ਉਹਨਾਂ ਨੂੰ। ਯੂ ਨੋ ਕ੍ਰਿਮੀਨਲ ਤਾਂ ਜਿਹੜਾ ਕੋਈ ਹੈਗਾ ਜਿਹਨੇ ਵਾਰਦਾਤ ਕਿਤੇ ਵੀ ਕੀਤੀ ਆ, ਇੰਨੀ ਬ੍ਰੇਜ਼ਨ ਕੀਤੀ ਆ, ਉਹਨੂੰ ਫੜਨਾ ਤਾਂ ਇੱਕ ਮਤਲਬ ਕੋਈ ਇਹਦੇ ਚੋਂ ਕੋਈ ਇਹ ਨਹੀਂ ਕਹਾਂਗੇ ਕਿ ਮਤਲਬ ਇਹਨੋ ਕੋਈ ਕੰਪੀਟੀਸ਼ਨ ਇਹੋ ਜਿਹਾ ਹੈਗਾ, ਬਟ ਚੈਲੰਜ ਤਾਂ ਹੈ ਹੀ, ਮਤਲਬ ਉਹ ਵੀ ਕਰਦੇ ਆ, ਪੰਜਾਬ ਪੁਲਿਸ ਵੀ ਲੱਗੀ ਹੋਈ ਆ, ਸਾਡੀਆਂ ਟੀਮਾਂ ਲੱਗੀਆਂ, ਜੁਆਇੰਟਲੀ ਬਹੁਤ ਕੁਛ ਕੀਤਾ। ਜਿਹੜਾ ਉਹ ਸੰਦੀਪ ਨੰਗਲ ਲੰਬੀਆ ਦਾ ਮਰਡਰ ਹੋਇਆ ਸੀ, ਉਹਦੇ 'ਚ ਹਰਿੰਦਰ ਫੌਜੀ ਉਹਨਾਂ ਨੇ ਫੜਿਆ ਪੰਜਾਬ ਦੀ ਟੀਮ ਨੇ, ਉਹਦੇ ਸਾਡੀ ਟੀਮ ਨੇ ਬਹੁਤ ਉਹਨਾਂ ਨੂੰ ਸਹਿਯੋਗ ਵੀ ਕੀਤਾ ਸੀਗਾ, ਤੇ ਵਿਕਾਸ ਮਾਲੇ ਵੀ ਫੜਿਆ ਸੀ, ਫਿਰ ਉਹ ਬਾਅਦ 'ਚ ਉਹ ਲੈ ਗਏ ਪੁਲਿਸ ਕਸਟਡੀ ਰਿਮਾਂਡ ਤੇ। ਹੁਣ ਵੀ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਆ ਕੇ ਜੁਆਇੰਟ ਇੰਟਰੋਗੇਸ਼ਨ ਕੀਤੀ ਹੈਗੀ ਆ, ਜੱਗੂ ਦੀ ਕਰੀ, ਭਗਵਾਨਪੁਰੀਏ ਦੀ, ਲਾਰੈਂਸ ਬਿਸ਼ਨੋਈ ਦੀ ਵੀ ਕਰੀ ਸੀਗੀ, ਤੇ ਆਹ ਜਿਹੜੇ ਸ਼ੂਟਰ ਨੇ ਪ੍ਰਿਆਵਰਤ ਫੌਜੀ, ਕਸ਼ਿਸ਼, ਕੇਸ਼ਵ, ਇਹਨਾਂ ਦੀ ਵੀ ਜੁਆਇੰਟ ਇੰਟਰੋਗੇਸ਼ਨ ਸਾਡੇ ਇੱਥੇ ਨਾਲ ਆ ਕੇ ਨਵੀਂ ਦਿੱਲੀ ਰੇਂਜ 'ਚ ਉਹਨਾਂ ਨੇ ਕੀਤੀ ਆ। ਸੋ ਇਹ ਤਾਂ ਮਤਲਬ ਚੱਲਦਾ ਰਹਿੰਦਾ ਫੋਰਸ ਦੇ ਵਿੱਚ।